ਅੱਜ ਅਸੀਂ ਆਏ ਹਾਂ ਪਾਕਿਸਤਾਨੀ ਫੂਡ ਟਰਾਈ ਕਰਨ ਆਏ ਹਾਂ ਕਿ ਇੱਥੇ ਕਿਹੜੀ ਕਿਹੜੀ ਚੀਜ਼ਾਂ ਤੁਹਾਡੇ ਸਾਹਮਣੇ ਮਾਰਕੀਟਿੰਗ ਹੈਗੀ। ਇੱਥੇ ਸਭ ਤੋਂ ਅੱਛੀ ਅੱਛੀ ਚੀਜ਼ਾਂ ਮਿਲਦੀਆਂ, ਹਰ ਬੰਦਾ ਆ ਕੇ ਇੰਜੋਏ ਕਰ ਰਿਹਾ। ਸਭ ਤੋਂ ਪਹਿਲਾਂ ਇਸ ਮਾਰਕੀਟਿੰਗ ਦੇ ਵਿੱਚ ਅਸੀਂ ਪੋਟੈਟੋ ਸਟਿੱਕ ਟਰਾਈ ਕਰਾਂਗੇ, ਕੈਸੀ ਬਣਾਉਂਦੇ ਨੇ ਉਹ, ਕੀ ਮਜ਼ਾ ਇਹਦਾ, ਕਿਉਂ ਇੰਨੇ ਲੋਕ ਇੱਥੇ ਆ ਕੇ ਉਹਨੂੰ ਪਸੰਦ ਕਰ ਰਹੇ। ਲਓ ਜੀ, 4-5 ਮਿੰਟ 'ਚ ਤਿਆਰ ਹੋ ਜਾਏਗੀ, ਨਾਲੇ ਬਣਦੇ ਵੀ ਹੈਗੇ ਨੇ, ਬਣਾਉਂਦੇ ਕਿਸ ਤਰੀਕੇ ਨਾਲ ਹੈਗੇ ਨੇ, ਲੋਕ ਕਿਉਂ ਨਹੀਂ ਪਸੰਦ ਕਰ ਰਹੇ ਨੇ। ਦੇਖੋ ਜੀ ਕਿਸ ਤਰੀਕੇ ਨਾਲ ਆਲੂ ਕੱਟਿਆ, ਮੈਂ ਤਾਂ ਖੁਦ ਪਰੇਸ਼ਾਨ ਹੋ ਗਿਆ, ਪਤਾ ਨਹੀਂ ਕੀ ਕਰਨ ਲੱਗਾ, ਲੇਕਿਨ ਤਰੀਕਾ ਹੋਇਆ ਔਰ ਕੈਸਾ ਖੂਬਸੂਰਤ ਹੈ। ਇਹ ਤਾਂ ਬੜੀ ਅੱਛੀ ਚੀਜ਼ ਹੈਗੀ, ਬੱਚੇ ਵੀ ਬੜੇ ਸ਼ੌਕ ਨਾਲ ਇਹਨੂੰ ਖਾਣਗੇ, ਨਾਲੇ ਕੰਮ ਵੀ ਫਟਾਫਟ ਤਿਆਰ ਹੋਣ ਵਾਲਾ, 2-3 ਮਿੰਟ 'ਚ ਤਿਆਰ। ਕੈਸੀ ਵਧੀਆ ਸਟਿੱਕ ਬਣਾਈ ਉਹਨਾਂ ਨੇ ਯਾਰ। ਆਲੂ ਨੂੰ ਮਸ਼ੀਨ 'ਚ ਪਾ ਕੇ ਇੰਝ ਘੁਮਾਉਣ ਦੀ ਦੇਰ ਹੈ, ਬਰੀਕ ਬਰੀਕ ਬਣਾਉਣ 'ਚ ਸਲਾਇਸ ਕੱਟੇ ਗਏ ਨੇ, ਜਿਵੇਂ ਰਿੰਗ ਨਹੀਂ ਬਣਾਉਂਦੇ, ਰਿੰਗ ਸਪਰਿੰਗ ਬਣ ਜਾਂਦਾ, ਉਸ ਤਰ੍ਹਾਂ ਬਣਾ ਕੇ ਉਹਨੂੰ ਕਿੱਲੀ ਲੱਕੜੀ ਦੀ ਸਟਿੱਕ ਲਾ ਕੇ ਅਤੇ ਭਲਾਂ ਜੀ ਅੱਗੇ ਫਰਾਈ ਕਰਨਾ ਸ਼ੁਰੂ ਕਰ ਦਿੱਤਾ। ਇਹ ਵੇਖੋ ਜੀ, ਸੇਮ ਇਸੇ ਤਰ੍ਹਾਂ ਤਿਆਰ ਹੋਈ, ਵਾਹ ਜੀ ਵਾਹ, ਕਿਆ ਬਾਤ ਹੈ। ਵੈਸੇ ਇਹਨੇ ਡੈਕੋਰੇਸ਼ਨ ਵਾਸਤੇ ਰੱਖੀ ਹੋਈ ਹੈ, ਲੋਕਾਂ ਨੂੰ ਦਿਖਾਉਣ ਵਾਸਤੇ ਫਰੈਸ਼ ਤਿਆਰ ਕਰਕੇ ਦਿੰਦੇ ਨੇ, ਇਹ ਤਾਂ ਵੈਸੇ ਸ਼ੋ ਪੀਸ ਹੈਗਾ। ਥੋੜ੍ਹੀ ਦੇਰ 'ਚ ਤਿਆਰ ਹੋਈ, ਮੈਂ ਇੱਕ 2 ਮਿੰਟ ਰਹਿ ਗਏ ਨੇ, ਤਿਆਰ ਹੋਏ ਨਹੀਂ। ਅਤੇ ਪਾਕਿਸਤਾਨ 'ਚ ਤੁਸੀਂ ਦੇਖ ਲਓ, ਪਾਕਿਸਤਾਨ 'ਚ ਕੀ ਦੇਖ ਲਓ, ਪੂਰੀ ਦੁਨੀਆ 'ਚ ਵੇਖ ਲਓ, ਕਿਸ ਕਿਸ ਤਰੀਕੇ ਨਾਲ ਇਨਸਾਨ ਆਲੂ ਖਾ ਰਿਹਾ। ਇੱਥੇ ਵੀ ਤੁਸੀਂ ਦੇਖਿਆ ਆਲੂ ਦੀ ਉਹਨਾਂ ਨੇ ਸਟੀਕ ਬਣਾ ਦਿੱਤੀ ਲੰਬੀ ਸਪਰਿੰਗ ਵਾਲੀ, ਅਤੇ ਤਿਆਰ ਹੋ ਰਹੀ। ਐਸੀਆਂ ਕਿਸੀਆਂ ਚੀਜ਼ਾਂ ਆਲੂ ਦੇ ਨਾਲ ਤਿਆਰ ਹੋ ਰਹੀਆਂ ਕਿ ਜਿਹੜਾ ਹਰ ਬੰਦਾ ਉਹਨੂੰ ਸ਼ੌਕ ਨਾਲ ਖਾ ਰਿਹਾ, ਅਤੇ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਆਲੂ ਇਸ ਤਰੀਕੇ ਨਾਲ ਵੀ ਖਾਧੇ ਜਾਂਦੇ ਨੇ। ਛੋਟਾ ਤਾਂ ਦੇਖੋ ਸੈਟਅਪ ਹੈਗਾ ਤੁਹਾਡੇ ਸਾਹਮਣੇ, ਨਾਲ ਆ ਸੋਡਾ ਵੀ ਵੇਚਦੇ ਨੇ, ਨਾਲ ਆਲੂਆਂ ਦੀ ਸਟਿੱਕ ਵੀ ਵੇਚਦੇ ਨੇ। ਛੋਟੇ ਜਿਹੇ ਸੈਟਅਪ 'ਚ ਕਿੰਨਾ ਕਿੰਨਾ ਇਨਸਾਨ, ਹਰ ਬੰਦਾ ਆਪਣਾ ਆਪਣਾ ਰਿਜ਼ਕ ਕਮਾ ਰਿਹਾ। ਵੇਖੋ ਹਰ ਬੰਦਾ ਵਾਸਤੇ ਬੈਠਾ ਕਿ ਯਾਰ ਗਾਹ ਖਾਣੇ ਦੇ ਦੁਕਾਨਦਾਰੀ, ਮਿੰਟ ਮਾਰਗਰੀਟਾ ਵੀ ਵੇਚਦੇ ਨੇ, ਸੋਡਾ ਵੀ ਵੇਚਦੇ ਨੇ, ਅਤੇ ਪੋਟੈਟੋ ਸਟਿੱਕ ਵੀ ਵੇਚਦੇ ਨੇ। ਯਾਰ ਕਿੰਨੀਆਂ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ, ਕਿਆ ਬਾਤ ਹੈ ਜੀ, ਕੀ ਖੁਸ਼ਬੂਆਂ ਆ ਰਹੀਆਂ ਪੁਦੀਨੇ ਦੀਆਂ ਇੱਥੋਂ, ਹਾਏ ਹਾਏ ਹਾਏ। ਸਟਿੱਕ ਸਾਡੀ ਤਿਆਰ ਹੋ ਕੇ ਬਾਹਰ ਆ ਗਈ ਹੈ, ਉਹਨਾਂ ਨੂੰ ਸਾਨੂੰ ਮਸਾਲਾ ਮਸੂਲਾ ਲਾ ਕੇ ਸਾਨੂੰ ਦੇਣੀ ਹੈ ਗਰਮ ਗਰਮ, ਕਿਆ ਬਾਤ ਹੈ, ਹਾਏ 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 ਹਾਏ, ਕਿੱਡੀ ਵੱਡੀ ਸਟਿੱਕ ਬਣਾ ਦਿੱਤੀ ਐਡੇ ਕਾਲੂ ਨੇ। ਇਹ ਬੜੇ ਬੜੇ ਪਿਆਰੇ ਮਸਾਲੇ ਚਟਪਟੇ ਕਰਾਰੇ, ਮਜ਼ਾ ਆ ਜਾਂਦਾ ਬੰਦੇ ਨੇ ਇੱਕ ਵਾਰੀ ਖਾ ਕੇ, ਕਿਆ ਉੱਥੇ ਪੁਦੀਨੇ ਦੀਆਂ ਚਟਣੀਆਂ, ਉੱਥੇ ਰੰਗ ਬਿਰੰਗੀਆਂ ਚਟਣੀਆਂ, ਜਿਹੜਾ ਇੱਕ ਵਾਰੀ ਖਾ ਜਾਂਦਾ ਨਾ ਉਹ ਭਾਈ, ਬੱਚੇ ਬੜੇ ਜ਼ਿੱਦ ਕਰਦੇ ਨੇ ਇਹਦੇ ਵਾਸਤੇ, ਬੜੇ ਸ਼ੌਕ ਨਾਲ, ਬੱਚਿਆਂ ਦੀ ਬੜੀ ਫੇਮਸ ਚੀਜ਼ ਹੈਗੀ।
ਇਹ ਕੀ ਉਹਨੇ ਮਸਾਲੇ ਕਿੰਨੀਆਂ ਚੀਜ਼ਾਂ ਦੀ ਕਿਰਪਾ ਦਿੱਤੀਆਂ ਨੇ ਉਹਦੇ ਉੱਤੇ, 7-8 ਚੀਜ਼ਾਂ ਦੇ ਪਾ ਕੇ ਤਿਆਰ ਹੋਈ, ਕਿਆ ਬਾਤ ਹੈ ਜੀ, ਵਾਹ ਜੀ ਵਾਹ। ਓਏ ਹੋਏ 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 ਕਿੰਨੀਆਂ ਸਾਰੀਆਂ ਚਟਨੀਆਂ ਪਾਈਆਂ, ਕਿੱਡੀ ਵੱਡੀ ਸਟਿੱਕ, ਉਹ 5 ਕਿਸਮ ਦੀਆਂ ਸੌਸਾਂ ਪਾਈਆਂ ਨੇ ਇਹਦੇ ਤੇ। ਆਏ ਹਾਏ ਹਾਏ, ਇਹ ਖੁਸ਼ਬੂਆਂ ਆ ਰਹੀਆਂ ਚਟਨੀ ਦੇ ਪੁਦੀਨੇ ਦੀਆਂ, ਹਰ ਸੌਸ ਦਾ ਆਪਣਾ ਮਜ਼ਾ ਆ ਰਿਹਾ। ਇਹ ਕੀ ਹੈ? ਅੱਛਾ, ਪੈਕਿੰਗ ਵਾਸਤੇ ਵੀ ਗਏ, ਵੇਖੋ ਉਹਨਾਂ ਨੇ ਆਪਣਾ ਪਫਲੇਟ ਛਪਾਇਆ, ਪ੍ਰਿੰਟ ਕਰਾ ਕੇ, ਅਗਰ ਕੋਈ ਘਰ ਜਾ ਕੇ ਇੰਜੋਏ ਕਰਨਾ ਚਾਹੁੰਦਾ ਤਾਂ ਪੈਕ ਹੋ ਕੇ ਵੀ ਜਾ ਸਕੀ। ਕਿਆ ਬਾਤ ਹੈ ਯਾਰ, ਬੜਾ ਵਧੀਆ ਕੰਮ। ਗੱਡੀਆਂ ਨੇ ਸਹੂਲਤਾਂ ਨਾਲ ਨੰਬਰ ਸ਼ੰਬਰ ਵੀ ਲਿਖੇ ਨੇ, ਬੰਦੇ ਨੂੰ ਕੁਝ ਚਾਹੀਦਾ ਤਾਂ ਨੰਬਰ ਫੋਨ ਕਰੇ ਤਾਂ ਘਰ ਵੀ ਆ ਸਕਦੀ। ਕਿਆ ਚੱਲਣੀਆਂ ਲਾ, ਆਹ ਵਾਹ ਯਾਰ, ਆਲੂਆਂ ਦਾ ਇੰਨਾ ਸਵਾਦ ਆ ਰਿਹਾ, ਮੈਂ ਉਹ ਸੋਚਿਆ ਨਹੀਂ ਕਿ ਆਲੂ ਬੇਟੇ ਮਜ਼ਾ ਲੱਗਣਗੇ। ਕਿਸ ਕਿਸ ਤਰੀਕੇ ਨਾਲ ਨਾਨ ਵੇਚ ਰਹੇ ਆਲੂ, ਸਾਡੇ ਤਾਂ ਪਾਕਿਸਤਾਨ 'ਚ ਇਸ ਤਰੀਕੇ ਨਾਲ ਆਲੂ ਖਾਂਦੇ ਨੇ, ਬੜੇ ਮਜ਼ੇ ਨਾਲ ਖਾਂਦੇ ਲੋਕ। ਕਿਆ ਬਾਤ ਹੈ ਯਾਰ, ਮੈਂ ਮਸ਼ੀਨ ਦਾ ਬੰਦਾ ਪਿੰਡ ਲਾਈ ਹੋਏ ਨਾ, ਪਿੰਡ ਦੇ ਬੱਚੇ ਬੜੇ ਖੁਸ਼ ਹੋਣ। ਕਿੰਨੀ ਸਾਡੇ ਤੋਂ ਦੂਰ ਰਹੇ ਨੇ ਅਸੀਂ ਤਾਂ ਯਾਰ, ਆਲੂ ਅਸੀਂ ਸਾਰੀ ਜ਼ਿੰਦਗੀ ਪਿੰਡਾਂ 'ਚ ਖਾਧੇ ਨੇ, ਸ਼ਹਿਰ 'ਚ ਕਿਸ ਤਰੀਕੇ ਨਾਲ ਖਾਂਦੇ ਲੋਕ। ਵਾਹ, ਹਾਏ ਹਾਏ, ਵੇਖੋ ਨਾ ਬਾਰਿਸ਼ ਦਾ ਮੌਸਮ ਹੋਵੇ, ਇਹ ਚੀਜ਼ਾਂ ਨੇ ਇਸ ਮੌਸਮ 'ਚ ਖਾਣ ਵਾਲੀ, ਜਦੋਂ ਚਟਨੀ ਇਹਦੇ ਤੋਂ ਪਈਆਂ ਹੋਣ। ਕਿਆ ਮਜ਼ੇਦਾਰ ਕੰਮ ਬਣਾਇਆ ਯਾਰ ਭਾਈ ਨੇ, ਵਾਹ ਜੀ ਵਾਹ, ਵਾਹ ਵਾਹ। ਇੰਨਾ ਮਜ਼ਾ ਤਾਂ ਆਲੂ ਖਾਣ ਦਾ, ਜਿਹੜੇ ਪੈਕਟਾਂ 'ਚ ਮਿਲਦੇ ਨੇ ਚਿਪਸ, ਉਹਨਾਂ ਦਾ ਨਹੀਂ ਆਉਂਦਾ ਜਿੰਨਾ ਇਹਦਾ ਆ ਰਿਹਾ। ਉਹ ਪੈਕਿੰਗ ਹੋਈ ਹੋਈ ਹੈ, ਫਰੈਸ਼ ਚੀਜ਼ ਹੈਗੀ, ਤੁਹਾਡੇ ਸਾਹਮਣੇ ਤਿਆਰ ਹੋਈ ਤਾਜ਼ਾ। ਤੁਸੀਂ ਕਹਿ ਵੀ ਨਹੀਂ ਸਕਦੇ ਯਾਰ ਖਰਾਬ ਆਲੂ ਇਹਨਾਂ ਨੇ ਕੱਟ ਕੇ ਚਿਪਸ ਬਣਾ ਦਿੰਦੇ ਨੇ, ਸਾਫ਼ ਸੁਥਰੀ ਚੀਜ਼ ਸਾਡੇ ਸਾਹਮਣੇ ਬਣੀ ਹੈ ਅਤੇ ਮਜ਼ਾ ਇੰਨਾ ਆ ਰਿਹਾ। ਹਾਂ ਹਾਂ, ਕਿੰਨੇ ਦੀ ਸਟਿੱਕ ਹੈ ਭਾਈ? 100 ਰੁਪਏ ਜੀ? ਲਓ, 100 ਰੁਪਏ ਜਿੰਨੇ ਮਜ਼ੇ ਮਿਲ ਜਾਂਦੇ, ਹੋਰ ਕੀ ਲੈਣਾ ਤੁਸੀਂ? ਇਸੇ ਤਰੀਕੇ ਨਾਲ ਯਾਰ ਆਲੂਆਂ ਨੂੰ ਵੇਚ ਰਹੇ ਨੇ, ਕਿਆ ਬਾਤ ਹੈ ਯਾਰ। ਮੈਂ ਤੁਹਾਨੂੰ ਦੱਸਾਂ, ਬੜੇ ਬੜੇ ਪੀਜ਼ੇ, ਸ਼ਵਾਰਮੇ, ਬਰਗਰ, ਯਾਰ ਇਹਦੇ ਇੱਕ ਵੱਖਰੇ ਸਵਾਦ ਆ, ਉਹਨਾਂ ਤੋਂ ਹਟ ਕੇ ਉਹਨਾਂ ਨਾਲ ਜ਼ਿਆਦਾ ਮੈਂ ਕਹਿੰਦਾ ਮਜ਼ਾ ਆ ਰਿਹਾ। ਮੈਂ ਤੁਸੀਂ ਫੜਿਆ ਫਟਾਫਟ ਖਾ ਲਿਆ, ਵੇਲੇ ਕਹਿੰਦਾ ਇੰਜੋਏ ਦਾ ਇੰਜੋਏ ਹੋ ਰਿਹਾ। ਅੱਡੀ ਲੰਮੀ ਸਟਿੱਕ ਫੜ ਫੜ ਕੇ ਇੱਕ ਇੱਕ ਆਲੂ ਨੂੰ ਤੋੜ ਤੋੜ ਕੇ ਖਾਣਾ, ਬੁਰਕੀ ਜਿਵੇਂ ਇੱਕ ਹੁੰਦੀ ਹੈ, ਅਤੇ ਹਰ ਸਲੈਸ ਤੋੜੇ ਦਾ ਵੱਖਰਾ ਵੱਖਰਾ ਸਵਾਦ ਆ ਰਿਹਾ, ਮਜ਼ਾ ਆ ਰਿਹਾ। ਇਹ ਤਾਂ ਇਹੀ ਚੀਜ਼ ਹੈ ਕਿ ਡਬਲ ਰੋਟੀ 'ਚ ਬਣਾ ਲਾ ਕੇ ਤੁਸੀਂ ਸੈਂਡਵਿਚ ਬਣਾ ਕੇ ਵੀ ਖਾ ਸਕਦੇ ਹੋ। ਜਿੰਨੀਆਂ ਮਜ਼ੇਦਾਰ ਇਹਨਾਂ ਨੇ ਚਟਨੀਆਂ ਪਾਈਆਂ ਨੇ ਇਹਨਾਂ ਉੱਤੇ, ਯਾਰ ਕਿਆ ਬਾਤ ਹੈ, ਐਸਾ ਸਵਾਦ ਤਾਂ ਚਟਨੀਆਂ ਮੈਂ ਖਾਧਾ ਹੀ ਨਹੀਂ ਕਰ। ਇਹ ਤਾਂ ਤੁਸੀਂ ਇੱਕ ਵਾਰੀ ਆਪਣੇ ਬੱਚੇ ਨੂੰ ਖਵਾ ਦਿਓ ਤਾਂ ਰੋਜ਼ਾਨਾ ਤੁਹਾਨੂੰ ਕਹੇਗਾ, ਇਹ ਉਧਰ ਹੀ ਜਾਣਾ ਪਟਾਟੋ ਸਿੱਖਣਾ।
ਅਸੀਂ ਮਜ਼ਾ ਚੀਜ਼ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਦਬਾਉਣੀ ਹੈ, ਇਸ ਤਰੀਕੇ ਨੂੰ ਜ਼ਰਾ ਇਹਦੀ ਵਜ੍ਹਾ ਨਾਲ ਦੇਖੋ ਤੁਸੀਂ ਕਿੱਡੀ ਮਜ਼ੇਦਾਰ ਚੀਜ਼ ਹੈਗੀ ਹੈ। ਅਤੇ ਤੁਸੀਂ ਆਪਣੇ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਣਾ। ਸਾਨੂੰ ਇਜਾਜ਼ਤ ਦੇਵੋ, ਅੱਲਾ ਹਾਫਿਜ਼।